اولین و آخرین، آپ سرکار حج واسطے گئے مدینے شریف چوں، آپ نے عاشقاں نوں نال لیا تے قافلے دی شکل سلطان مدینہ حج بڑھن گئے. انہاں حج اس واسطے پڑھیا سانوں سمجھان واسطے. بیدم شاہ صاحب لکھدے نے، کعبے کا کعبہ ہے محمد، سبحان اللہ، کعبہ طواف کرتا ہے یہ وہ مقام ہے، سبحان اللہ، کعبے کا کعبہ ہے محمد صلی اللہ علیہ وسلم. مدینے پاک سے سلطان مدینہ گئے، مدین وچوں یا علی سرکار لوگوں مسلمان کر کے تے قافلے دی شکل مکے شریف نو روانہ ہوئے. مکے تو پہلے دوویں قافلے دی ملاقات ہو گئی. نبی علیہ السلام والسلام دے زیر سایہ سارے نے حج بڑھیا تے حج بڑھ کے واپس آ رہے نے تے میدان آ گیا خم قدیر، اللہ دا آڈر آ گیا قرآن کریم چ. یا ایھا الرسول یا ایھا الرسول بلغ ما انزل علیک من ربک وَإِن لَمْ تَفْعَلْ فَمَا بَلَّغْتَ رِسَالَتَهُ وَاللَّهُ يَعْصِمُكَ مِنَ النَّاسِ. سبحان اللہ. آیت پاک تھانوں سارے نوں دی ہے. آیت پاک دا معنی میں شیر دی شکل چ پیش کر رہا. حسین محبوب دل ربا سے، حسین 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 محبوب دل ربا سے کہا خدا نے یہاں ٹھہر جا. غدیر کی اس زمین پہ میرے بخت کے آسمان ٹھہر جا. میں لا مکاں ہوں، میری شب میری مشیت کے سب سے پہلے مکان ٹھہر جا. بس آج یہ اعلان کر دو، نہ دیر کر، رازداں ٹھہر جا. جو تجھ پہ واجب تھا کر چکا ہے، مگر یہ اوجب ہے کام کر دے. غدیر کا دل غدیر کی شام آج حیدر کے نام کر دے. سبحان اللہ. نبی پاک نے ممبر تیار کرایا. نبی علیہ الصلوۃ والسلام ممبر تے جلوہ فروز ہوئے. ممبر ایڈا اونچا بنیا سی کہ مجمع سی 1,00,000 صحابہ کرام دا. اینے مجمع واسطے ممبر بھی اونچا چاہیدہ سی کہ تاکہ سارے حکم سن لین. ممبر دے اتے سلطان مدینہ نے فرمایا، یا علی. جی آقا. آپ نے فرمایا، میرے قریب آؤ. یا علی سرکار
ਆਪਣੇ ਮੌਲਾ ਦੇ ਕੋਲ ਗਏ। ਕੁੱਲੋਹਮ ਦੇ ਮੌਲਾ ਮੁਹੰਮਦ ਮੁਸਤਫਾ ਨੇ ਆਪਣੇ ਵੀਰ ਦਾ ਬਾਜ਼ੂ ਫੜ ਕੇ ਬੁਲੰਦ ਕਰਕੇ ਫਰਮਾਇਆ, ਮਲਕੁਲ جس جس کا میں مولا اس کا یہ علی مولا۔ سبحان اللہ۔ صحابہ کرام 124,000 سامنے ਇੰਨੀ ਖਮੋਸ਼ੀ ਮਜਮੇ ਵਿੱਚ, ਕਿਉਂਕਿ ਸਾਰਿਆਂ ਨੂੰ ਪਤਾ ਸੀ ਇਹ ਜਿਹੜੇ ਮੈਂਬਰ ਦੇ ਪਾਕ ਖਲੋਤੇ ਨੇ ਨਾ, ਇਹਨਾਂ ਤੋਂ ਉੱਚਾ ਨਹੀਂ ਕੋਈ ਬੋਲ ਸਕਦਾ। ਕਿਉਂ? ਅੱਲਾ ਨੇ ਹਦਾਇਤ ਕੀਤੀ ਹੈ ਕਿ ਸੂਰਾ ਹੁਜਰਾਤ ਵਿੱਚ ਅੱਲਾ ਫਰਮਾਉਂਦਾ ਹੈ, ਜਿਹੜਾ ਵੀ ਮੇਰੇ ਮੁਸਤਫਾ ਦੇ ਕੋਲ ਬਹਿ ਕੇ ਤੇ ਇਹਨਾਂ ਤੋਂ ਉੱਚਾ ਬੋਲੇ ਨਾ, ਉਹਨੂੰ ਪਤਾ ਵੀ ਨਹੀਂ ਲੱਗਣਾ ਤੇ ਅਮਾਲ ਮੈਂ ਜ਼ਾਇਆ ਕਰ ਦਿਆਂਗਾ। ਸਾਂਸ ਦਾ ਵੀ ਆਵਾਜ਼ ਨਹੀਂ ਆ ਰਿਹਾ ਤੇ ਸਾਰੇ ਨਬੀ ਕਰੀਮ ਦਾ ਚਿਹਰਾ ਵੇਖੀ ਆਉਂਦੇ ਨੇ ਤੇ ਚਿਹਰਾ ਕਿਉਂ ਵੇਖਦੇ ਨੇ ਕਿ ਚਿਹਰਾ ਵੱਜ ਹੁੱਲਾ ਹੈ। ਓਹ ਚਿਹਰਾ ਵੱਜ ਹੁੱਲੇ ਤੇ ਆਪਦਾ ਫਰਮਾਨ ਬਾਗੌਰ ਸੁਣ ਰਹੇ ਨੇ। ਕਿਉਂ? ਅੱਲਾ ਦਾ ਫਰਮਾਨ ਹੈ, ਵਮਾ ਯੰਤਕੂ ਅਨਿਲ ਹਵਾ ਇਨ ਹੋਵਾ ਇਲਾ ਵਾਹਯੂ ਯੂਹਾ। ਅੱਲਾ ਫਰਮਾਉਂਦੇ ਨੇ ਓਨੀ ਦੇਰ ਮੇਰੇ ਮੁਸਤਫਾ ਨਹੀਂ ਬੋਲਦੇ ਜਿੰਨੀ ਦੇਰ ਤੱਕ ਮੇਰਾ ਹੁਕਮ ਨਾ ਹੋਵੇ। ਨਬੀ ਕਰੀਮ ਨੇ ਫਰਮਾਇਆ ਨਾ, ਜਿਸ ਜਿਸ ਕਾ ਮੈਂ ਮੌਲਾ ਉਸ ਕਾ ਯੇ ਅਲੀ ਮੌਲਾ। ਤੇ ਸਹਾਬਾ ਕਰਾਮ ਮੈਂਬਰ ਦੇ ਨੇੜੇ ਹੁੰਦੇ ਜਾ ਰਹੇ ਨੇ ਤੇ ਖਾਮੋਸ਼ ਵੀ ਨੇ ਤੇ ਨਬੀ ਪਾਕ ਦਾ ਚਿਹਰਾ ਵੀ ਵੇਖੀ ਆਉਂਦੇ ਨੇ ਤੇ ਨਾਲੇ ਨਬੀ ਪਾਕ ਦੇ ਹੱਥ ਦੇ ਵਿੱਚ ਯਾ ਅਲੀ ਸਰਕਾਰ ਦਾ ਹੱਥ ਵੇਖ ਰਿਹਾ ਨੇ। ਇਹ ਅੰਦਾਜ਼ ਹੋਇਆ ਸੀ ਇੰਜ ਤੇ ਸਾਰੇ ਹਜ਼ੂਰ ਦਾ ਚਿਹਰਾ ਤੇ ਯਾ ਅਲੀ ਦਾ ਹੱਥ ਵੇਖ ਕੇ ਕੀ ਕਹਿੰਦੇ ਨੇ, ਯਾ ਅਲੀ ਯਾ ਅਲੀ ਸਾਡਾ ਤੂੰ ਸਰਦਾਰ। ਸਵਾ ਲੱਖ ਨਾਰਾ ਹੈਦਰੀ, ਇਹਦਾ ਕੋਈ ਮਾਨ ਹੈ? ਇਹ ਮੈਦਾਨ ਖੁੰਮੇ ਕਦੀਰ ਵਿੱਚ ਸਵਾ ਲੱਖ ਸਹਾਬਾ ਕਰਾਮ ਨੇ ਨਾਰਾ ਮਾਰਿਆ। ਪੰਜ ਨਾਰੇ ਮੈਦਾਨੀ, ਪੰਜ ਨਾਰੇ ਮੈਦਾਨੀ, ਸਵਾ ਲੱਖ ਨਾਰਾ ਹੈਦਰੀ ਸਾਡਾ ਸਰਕਾਰ ਯਾ ਅਲੀ।
ਬਿਲਕੁਲ ਨੇੜੇ ਹੋ ਗਿਆ ਸਾਹਿਬਾ ਗ੍ਰਾਮ ਤੇ ਆਪਦਾ ਚਿਹਰਾ ਵੇਖ ਕੇ ਫਰਮਾਉਂਦੇ ਨੇ ਕਿਹੜੀ ਲੋੜ ਸਵਾਲਾਂ ਦੀ ਕਿਹੜੀ ਲੋੜ ਸਵਾਲਾਂ ਦੀ ਜੰਨਤ ਤੇਰੇ ਬਾਲਾਂ ਦੀ ਕਿਹੜੀ ਲੋੜ ਸਵਾਲਾਂ ਦੀ ਜੰਨਤ ਤੇਰੇ ਬਾਲਾਂ ਦੀ ਕਿਹੜੀ ਲੋੜ ਸਵਾਲਾਂ ਦੀ ਜੰਨਤ ਤੇਰੇ ਬਾਲਾਂ ਦੀ ਕਿਹੜੀ ਲੋੜ ਸਵਾਲਾਂ ਦੀ ਅਸਅਲੁਕੁਮ ਅਲੈਹਿ ਅਜਰਨ ਇਲਾ ਅਲ ਮਵੱਦਤਾ ਫਿਲ ਗੁਰਬਾ ਇਹਨਾਂ ਨੂੰ ਇਹ ਫਰਮਾਓ ਕਿ ਮੈਂ ਤੁਮਸੇ ਕੁਛ ਨਹੀਂ ਚਾਹਤਾ ਮਗਰ ਚਾਹਤਾ ਹੂੰ ਮਵੱਦਤਾ ਫਿਲ ਗੁਰਬਾ ਸੁਭਾਨ ਅੱਲਾ ਆਪਣੇ ਕਰੀਬੀਓ ਕਾ ਪਿਆਰ ਚਾਹਤਾ ਹੂੰ ਤੇ ਸਾਰੇ ਸਿਹਾਬਾ ਕਰਾਮ ਯਾ ਅਲੀ ਸਰਕਾਰ ਨੂੰ ਵੇਖ ਕੇ ਫਰਮਾਉਂਦੇ ਨੇ ਤੇਰਾ ਪਿਆਰ ਹੈ ਅਜਰ ਰਿਸਾਲਤ ਤੇਰੀ ਉਲਫਤ ਹੈ ਇਬਾਦਤ ਤੇਰਾ ਪਿਆਰ ਹੈ ਅਜਰ ਰਿਸਾਲਤ ਤੇਰੀ ਉਲਫਤ ਹੈ ਇਬਾਦਤ ਤੈਨੂੰ ਛੋੜ ਕੇ ਹੁੰਦੇ ਮੌਲਾ ਤੈਨੂੰ ਛੋੜ ਕੇ ਹੁੰਦੇ ਮੌਲਾ ਸਾਰੇ ਹਮਨ ਬੇਕਾਰ ਭਾਈ ਭਾਈ ਬਣਾਇਆ ਤੇ ਯਾ ਅਲੀ ਸਰਕਾਰ ਦੀਆਂ ਅੱਖਾਂ ਪੁਰ ਨਮ ਹੋਈਆਂ
ਤੇ ਨਬੀ ਕਰੀਮ ਨੇ ਫਰਮਾਇਆ ਕਿ ਮੇਰੀ ਜਾਨ ਤੁਹਾਡੀਆਂ ਅੱਖਾਂ ਕਿਉਂ ਤਰ ਹੋਈਆਂ ਨੇ? ਯਾਰ ਜੀ ਸਰਕਾਰ ਨੇ ਅਰਜ਼ ਕੀਤੀ, ਯਾਰ ਰਸੂਲ ਅੱਲਾ ਜੀ, ਸਾਰੇ ਭਾਈ ਭਾਈ ਬਣ ਗਏ ਨੇ ਤੇ ਮੈਂ? ਤੇ ਨਬੀ ਕਰੀਮ ਨੇ ਫਰਮਾਇਆ ਹਮ ਤੁਮ ਪਾਕ ਨਬੀ ਨੇ ਵੀਰ ਬਣਾਇਆ ਤੈਨੂੰ ਆਪਣਾ ਰੰਗ ਚੜਾਇਆ, ਪਾਕ ਨਬੀ ਨੇ ਵੀਰ ਬਣਾਇਆ ਤੈਨੂੰ ਆਪਣਾ ਰੰਗ ਚੜਾਇਆ, ਤੇਰੇ ਸਿਰ ਤੇ ਖੁਬ ਵਿੱਚ ਆਪਣੀ ਤੇਰੇ ਸਿਰ ਤੇ ਖੁਬ ਵਿੱਚ ਆਪਣੀ ਬਣੀ ਹੈ ਦਸਤਾਰ ਦਿਲ ਵਿੱਚ ਕੋਈ ਤੇਰੇ ਬਾਜ ਨੇ ਦਿਲ ਵਿੱਚ ਕੋਈ ਤੇਰੇ ਬਾਜ ਨੇ ਕਿਧਰੇ ਢੋਈ ਤੇਰੇ ਬਾਜ ਨੇ ਕਿਧਰੇ ਢੋਈ ਵਾਜਬ ਹੈ ਸਾਡੇ ਤੇ ਮੌਲਾ ਵਾਜਬ ਹੈ ਸਾਡੇ